हाँ जी, असं पहुंच गए हाँ श्री आनंदपुर साहब। उत्थे सुनिया भी नैणा देवी उत्थे मंदिर है। ਅਸੀਂ ਐਂਟਰੀ ਕੀਤੀ ਆ। ਹਾਂਜੀ, ਅਸੀਂ ਪਹੁੰਚ ਗਏ ਹਾਂ ਸ਼੍ਰੀ ਆਨੰਦਪੁਰ ਸਾਹਿਬ ਤੇ ਬਾਈਕ ਅਸੀਂ ਇੱਥੇ ਪਾਰਕਿੰਗ 'ਚ ਲਾ ਤੀ ਆ। ਲੋਕ ਆ ਤੇ ਆਹ ਸਾਰੀ ਪਾਰਕਿੰਗ ਆ, ਤੁਸੀਂ ਦੇਖ ਰਹੇ ਹੋ ਇੱਥੇ ਗੱਡੀਆਂ ਗੁੱਡੀਆਂ ਸਾਰੀਆਂ ਪਾਰਕਿੰਗ। ਅਤੇ ਪਾਰਕਿੰਗ ਲੱਭਣ ਨੂੰ ਵੀ ਸਾਨੂੰ ਇੰਨਾ ਮਤਲਬ ਘੁੰਮੇ ਕਦੇ ਕਿੱਧਰ ਕਦੇ ਕਿੱਧਰ, ਹੁਣ ਜਾ ਕੇ ਲੱਭੀ ਪਾਰਕਿੰਗ। ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ। ਹਾਂਜੀ, ਅਸੀਂ ਉਹਨਾਂ ਇਸ਼ਨਾਨ ਕਰ ਲਿਆ। ਹਾਂਜੀ, ਅਸੀਂ ਪਹੁੰਚ ਗਏ ਹਾਂ ਆਨੰਦਪੁਰ ਸਾਹਿਬ ਅਤੇ ਅਸੀਂ ਪਹੁੰਚ ਗਏ ਆਨੰਦਪੁਰ ਸਾਹਿਬ। ਤਕਰੀਬਨ ਸਾਨੂੰ ਲੱਗਿਆ ਟਾਈਮ 3.5 ਘੰਟੇ ਦੇ ਤਕਰੀਬਨ ਟਾਈਮ ਲੱਗ ਗਿਆ ਸਾਨੂੰ ਇੱਥੇ ਪਹੁੰਚਣ ਲਈ। ਅਤੇ ਇਹ ਉਹ ਪਾਵਨ ਸਥਾਨ ਹੈ ਆਨੰਦਪੁਰ ਸਾਹਿਬ, ਜਿੱਥੇ ਕਿਹਾ ਜਾਂਦਾ ਹੈ ਕਿ ਜਨਮ ਅਸਥਾਨ ਕੇਸਗੜ੍ਹ ਸਾਹਿਬ। ਪਹਿਲਾਂ ਚੱਕ ਨਾਨਕੀ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਵਸਾਇਆ। ਇਸ ਨੂੰ ਪਹਿਲਾਂ ਮਾਖੋਵਾਲ ਵੀ ਕਿਹਾ ਜਾਂਦਾ ਸੀ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਆਏ ਸਨ, ਮਤਲਬ ਇਸ ਪਾਵਨ ਪਵਿੱਤਰ ਅਸਥਾਨ 'ਤੇ ਜਦੋਂ ਉਹਨਾਂ ਨੇ ਆਏ ਸਨ, ਤਾਂ ਗੁਰੂ ਸਾਹਿਬ ਨੇ ਇੱਥੇ ਆਨੰਦ ਸਾਹਿਬ ਦੀਆਂ 5 ਪੌੜੀਆਂ ਗਾਈਆਂ ਅਤੇ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਜਗ੍ਹਾ ਦਾ ਨਾਂ ਆਨੰਦਪੁਰ ਸਾਹਿਬ ਰੱਖ ਦਿੱਤਾ। ਇੱਥੇ ਹੀ ਇਸ ਜਗ੍ਹਾ 'ਤੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਅਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਇੱਥੇ ਹੀ ਰਹੇ ਸਨ। 4 ਸਾਹਿਬਜ਼ਾਦਿਆਂ 'ਚੋਂ 3 ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਾਹਿਬਜ਼ਾਦਿਆਂ ਦਾ 3 ਸਾਹਿਬਜ਼ਾਦਿਆਂ ਦਾ ਜਨਮ ਇਸ ਪਾਵਨ ਪਵਿੱਤਰ ਅਸਥਾਨ 'ਤੇ ਹੋਇਆ। ਇੱਥੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ। ਉਹਨਾਂ ਨੇ ਖੰਡੇ ਬਾਟੇ ਵਿੱਚ ਅੰਮ੍ਰਿਤ ਸਜਾ ਕੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਉਸ ਤੋਂ ਬਾਅਦ ਉਹਨਾਂ ਨੇ ਆਪ ਅੰਮ੍ਰਿਤ ਦੀ ਦਾਤ ਮੰਗੀ। ਇਹ ਉਹ ਜਗ੍ਹਾ ਹੈ ਜਿਸ ਨੇ ਸੰਸਾਰ ਨੂੰ ਬਹੁਤ ਕੁਝ ਦਿੱਤਾ ਅਤੇ ਦੇ ਵੀ ਰਿਹਾ। ਇੱਥੇ ਰਾਜਨੀਤਿਕ ਫੈਸਲੇ ਵੀ ਹੁੰਦੇ ਸਨ। ਇੱਥੇ ਮਜ਼ਲੂਮਾਂ ਦੀ ਪੁਕਾਰ ਸੁਣੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਦਾ ਜੋ ਕਿ ਦੁੱਖ ਦੂਰ ਕਰਦੇ ਸਨ, ਸਭ ਦੀਆਂ ਮੁਸੀਬਤਾਂ ਸੁਣਦੇ ਸਨ, ਉਹਨਾਂ ਦੇ ਮਸਲੇ ਹੱਲ ਕਰਦੇ ਸਨ। ਇਸ ਅਸਥਾਨ ਨੇ ਸਾਨੂੰ ਆਜ਼ਾਦੀ ਨਾਲ ਜਿਉਣ ਦੀ ਜਾਚ ਦੱਸੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 29 ਸਾਲ ਜੀਵਨ ਦੇ ਇਸ ਪਾਵਨ ਪਵਿੱਤਰ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਬਤੀਤ ਕੀਤੇ। ਇਸ ਜਗ੍ਹਾ 'ਤੇ ਆਪ ਦੀ ਜਾਣ ਦਿਓ ਕਿ ਕਿਲ੍ਹਾ ਆਨੰਦਗੜ੍ਹ, ਕਿਲ੍ਹਾ ਤਾਰਾਗੜ੍ਹ ਹੈ। ਇੱਥੋਂ ਕਿੰਨਾ ਸੋਹਣਾ ਵਿਊ ਦਿਖਦਾ, ਸਾਰੇ ਘਰ, ਸਾਰਾ ਸ਼ਹਿਰ ਦਿਖਦਾ ਉਰੋਂ। Thank you.
ਕਿਹਾ ਜਾਂਦਾ ਹੈ ਕਿ ਅਸੀਂ ਵਾਸੀ ਅਨੰਦਪੁਰ ਦੇ ਹਾਂ ਅਤੇ ਜਨਮ ਅਸਥਾਨ ਸਾਡਾ ਕੇਸਗੜ੍ਹ ਸਾਹਿਬ ਹੈ। ਸੋ ਜੀ, ਇਹ ਸੀਗਾ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ। ਇਤਿਹਾਸ ਤਾਂ ਵੈਸੇ ਬਹੁਤ ਲੰਬਾ ਹੈ। ਉੱਥੇ ਜਿਹੜੀ ਪਹਾੜੀ ਹੈ ਨਾ ਅਗਰ ਜੀ, ਉਹ ਜਿਹੜੀ ਹੈਗੀ ਸਭ ਤੋਂ ਉੱਚੀ ਪਹਾੜੀ ਹੈ। ਉੱਥੇ ਉੱਥੇ ਸੁਣਿਆ ਵੀ ਨੈਣਾ ਦੇਵੀ ਉੱਥੇ ਮੰਦਰ ਹੈਗਾ ਸਭ, ਹਾਂ ਜਿੱਥੇ ਜੋੜਾ ਮੋੜ ਨੇ ਛਾਲ ਮਾਰੀ ਸੀਗੀ, ਸਭ ਤੋਂ ਉੱਚੀ ਪਹਾੜੀ ਉਹੀ। ਵੈਸੇ ਪਤਾ ਨੀਗਾ, ਵੈਸੇ ਜ਼ੂਮ ਕਰਕੇ ਦਿਖਾ ਨਹੀਂ ਸਕਦਾ ਜ਼ਿਆਦਾ, ਕਿਉਂਕਿ ਡੀ ਐਸ ਆਰ ਆਰ ਤਾਂ ਹੈ ਨੀਗਾ, ਅਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਉੱਚੀ ਆਸੇ ਪਾਸੇ ਪਹਾੜ। ਬਸ ਅੰਦਰ, ਅਤੇ ਹੁਣ ਅਸੀਂ ਲੰਗਰ ਛਕਣ ਲੱਗੇ ਹਾਂ ਅਤੇ ਟਾਈਮ 11 ਵੱਜ ਗਏ। ਉਸ ਤੋਂ ਬਾਅਦ ਵਿਰਾਸਤ ਏ ਖਾਲਸਾ ਸਾਧ ਸੰਗਤ ਦੀ ਛਬੀਲਾਂ ਲੱਗੀਆਂ ਹੋਈਆਂ, ਛਬੀਲ ਤਾਂ ਸਾਰੇ ਪਾਸੇ ਛਕਣੇ ਲਗਾ ਕੇ ਲੰਗਰ ਛਕੀਏ ਜੀ। ਉੱਥੋਂ ਅਸੀਂ ਐਂਟਰੀ ਕੀਤੀ ਆ ਅਤੇ ਹਲੇ ਹੋਰ ਥੱਲੇ ਜਾਣਾ, ਚਾਰ ਮੰਜ਼ਿਲ ਮਤਲਬ ਥੱਲੇ ਜਾਣਾ ਹੈ ਨਾ।
Thank you.